Sahaya Bhav Sri Jyoti Ki Prashaya
सरदार प्रदेश की
ਸੰਗਤ ਦੀ ਉਹ ਪੈਰ ਦੀਆਂ ਗੱਲਾਂ ਕੋਈ ਹੋਰ ਸੀਗੀਆਂ ਹੁਣ ਵੀ ਲੱਗਦੇ ਅਸੀਂ
ਜੀ ਮਿਲਣੇ ਕਣੇ ਫੈਲ ਫਕਰ ਸੰਸਾਰ ਦਿੱਲੀ ਨੇ ਦਿੱਲੀ ਵਜੇ ਨਾਮ ਦੇ ਬਦਾਲੇ ਹਰ ਗੁਰੂ ਦਾ ਹੁਕਮ ਅਨੁਸਾਰ ਬਹੁਤ ਸਾਰੀ ਟੈਂਕੀ ਹੋਈ। ਸੋ ਸਤ ਸੰਗਤ ਜੀ ਕਹਿਣ ਲੱਗੇ ਮਹਾਰਾਜ ਵਜ਼ੀਰ ਦੀ ਲੜਕੀ ਹੈ ਕਹਿੰਦੇ ਚਾਹੇ ਹਿੰਦੁਸਤਾਨ ਦਾ ਰਾਜਾ ਹੋਵੇ ਦੇਸ਼ ਹੋਵੇ ਨਹੀਂ ਅਸੀਂ ਸੰਗਤ ਦਾ ਹੁਕਮ ਮੰਨਣਾ ਜੋ ਸੰਗਤ ਨਹੀਂ ਚਲੇ ਗਏ ਬਾਸ ਮੁੜ ਗਏ ਜਾ ਕੇ ਛੱਤੂ ਨੂੰ ਕਹਿ ਦਿੱਤਾ ਵੀ ਉਹਨਾਂ ਨੇ ਤਾਂ ਜੀ ਜਵਾਬ ਦਿੱਤਾ ਰਿਸ਼ਤਾ ਨਹੀਂ ਦਿੱਤਾ ਉਸ ਟਾਈਮ ਪਾਰੋ ਭਾਈ ਪਾਰੋ ਪਾਰੋ ਜੀ ਕੋਲ ਇਹ ਬੈਠਾ ਸੀ ਕੋਲ ਭਾਈ ਛੱਤੂ ਨੂੰ ਜਵਾਬ ਦੇ ਦਿੱਤਾ ਕਹਿੰਦੇ ਜੀ ਉਹਨਾਂ ਨੇ ਤਾਂ ਜਵਾਬ ਦਿੱਤਾ ਰਿਸ਼ਤਾ ਲੈਂਦਾ ਅੱਗੇ ਨੂੰ ਕਰ ਦਿੱਤਾ ਬਸ ਜਦੋਂ ਜਦੀ ਨਾਲ ਹੋਰ ਲਾਗੇ ਜਿਹੜਾ ਇਹ ਅਹਿਮਦ ਸਾਹ ਸਰਹੰਦੀ ਸੀ ਸਰਹੰਦ ਦੇ ਨਾਲ ਹੈਗੇ ਨਾ ਗੁਰਦੁਆਰਾ ਸਰਹੰਦ ਜਿਹੜੀ ਜਗ੍ਹਾ ਬਣੀ ਹੋਈ ਹੈ ਇਹਨਾਂ ਦੀ ਇੱਥੇ ਜਿਹੜਾ ਅਹਿਮਦ ਸਾਹ ਅਹਿਮਦ ਸਾਹ ਸਰਹੰਦੀ ਸੀ ਉਹ ਬੜਾ ਸਿੱਖਾਂ 'ਤੇ ਲੱਗਦਾ ਸੀ ਉਸ ਟਾਈਮ ਬਹੁਤ ਜ਼ਿਆਦਾ ਇਹ ਪਹੁੰਚ ਗਿਆ ਇੱਕ ਪੁੱਤਰ ਪ੍ਰਿਥੀ ਚੰਦ ਦਾ ਸਪੁੱਤਰ ਉਹ ਮਿਹਰਬਾਨ ਉਹ ਪਹੁੰਚ ਗਿਆ ਕਹਿੰਦਾ ਜੀ ਦੇਖੋ ਇਹਨਾਂ ਨੇ ਗੱਦੀ ਲੈ ਕੇ ਇਹ ਸਾਡੇ ਪਿਤਾ ਦੀ ਸਾਡੇ ਫਰਜ ਸੀ ਸਾਡਾ ਹੱਕ ਸੀ ਇਹ ਸਾਤੋਂ ਗੱਦੀ ਖੋ ਕੇ ਲੈ ਗਏ ਉਹਨੇ ਉਹਨੇ ਚਲਾ ਲਈ ਆਪਣੀ ਅਤੇ ਜਿਉਂ ਲੱਗੇ ਬਾਦਸ਼ਾਹ ਨੂੰ ਉੱਥੇ ਇੱਧਰ ਉੱਧਰ ਚੱਕ ਥੱਲ ਕਰਨਾ ਜਿਵੇਂ ਹੁਣ ਵੀ ਚੱਲ ਜਾਂਦੀਆਂ ਨੇ ਗੱਲਾਂ ਉਹ ਬੜਾ ਉਹਨੂੰ ਚੱਕ ਥੱਲ ਕੀਤੀ ਵੀ ਇਸ ਤਰ੍ਹਾਂ ਕਰੋ ਬਾਕੀ ਜਹਾਂਗੀਰ ਦਾ ਜਿਹੜਾ ਸਪੁੱਤਰ ਸੀ ਭਾਈ ਖੁਸਰੋ ਉਹਨੇ ਬਾਕੀ ਕੀਤਾ ਹੋਇਆ ਸੀ ਪਰ ਉਹਨੇ ਇਹ ਕਿਹਾ ਹੋਇਆ ਸੀ ਵੀ ਜਿਹੜਾ ਇੱਕ ਅਪਰਾਧ ਹੋਊਗਾ ਉਹਨੂੰ ਅਸੀਂ ਜੁਰਮਾਨਾ ਦੇਵਾਂਗੇ ਜੁਰਮਾਨਾ ਲਾਵਾਂਗੇ ਉਹਨੂੰ ਤਨਖਾਹ ਦੇਵਾਂਗੇ ਉਹ ਪਹੁੰਚ ਗਿਆ ਤਰਨ ਤਾਰਨ ਮਹਾਰਾਜ ਦੇ ਚਰਨਾਂ 'ਚ ਮਹਾਰਾਜ ਨੇ ਸਰੂਪਾ ਵੀ ਦਿੱਤਾ ਉਸ ਮਾਇਆ ਵੀ ਦਿੱਤੀ ਮਹਾਰਾਜ ਉੱਥੇ ਪਹੁੰਚ ਗਏ ਇਹ ਗੁਰੂਆਂ ਨੇ ਜਾ ਕੇ ਇਹ ਵੀ ਸ਼ਿਕਾਇਤ ਕਰ ਦਿੱਤੀ ਵੀ ਦੇਖੋ ਜੀ ਤੁਹਾਡੇ ਸਪੁੱਤਰ ਨੂੰ ਬਾਕੀ ਸੀ ਉਹ ਉੱਥੇ ਬਣਾ ਦਿੱਤੀ ਗੁਰੂ ਅਰਜਨ ਦੇਵ ਮਹਾਰਾਜ ਨੇ ਇੱਕ ਇਹ ਬਾਣਾ ਬਣ ਗਿਆ ਮਹਾਰਾਜ ਦੀ ਸ਼ਹੀਦੀ ਦੇ ਕਈ ਬਾਣੇ ਬਣ ਗਏ ਕਈ ਬਣ ਨਹੀਂ ਸਤਸੰਗਤ ਜੀ ਗੁਰੂ ਘਰ ਦੇ ਵਿੱਚ ਹੁਣ ਵੀ ਇਹ ਸ਼ਹੀਦੀਆਂ ਤਾਂ ਚੱਲਦੀਆਂ ਨੇ ਪਹਿਲਾਂ ਵੀ ਚੱਲਦੀਆਂ ਆਈਆਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੀਸ ਗੰਜ ਗੁਰਦੁਆਰਾ ਗੰਜ ਕਹਿੰਦੇ ਨੇ ਖਜ਼ਾਨੇ ਨੂੰ ਸੀਸ ਗੰਜ ਉੱਥੇ ਸੀਸਾਂ ਦਾ ਸੀਸ ਦੇਣ ਦਾ ਮਤਲਬ ਖਜ਼ਾਨਾ ਇਹ ਕਹਿਣ ਲੱਗਿਆ ਜਿਹੜਾ ਔਰੰਗਜ਼ੇਬ ਸੀ ਬਾਦਸ਼ਾਹ ਨੂੰ ਜਹਾਂਗੀਰ ਨੂੰ ਕਹਿੰਦਾ ਤੈਨੂੰ ਪਨਾਹ ਦੇਵਾਂਗੇ ਇਹਨਾਂ ਦਾ ਸੀਸ ਅਸੀਂ ਘੜ ਤੋਂ ਲੈਣਾ ਕਰਕੇ ਵੀ ਅੱਗੇ ਵਾਸਤੇ ਕੋਈ ਉੱਠੂਗਾ ਹੀ ਨਹੀਂ ਇਸ ਤਰ੍ਹਾਂ ਦਾ ਗੁਰੂ ਤੇਗ ਬਹਾਦਰ ਜੀ ਕਹਿੰਦੇ ਔਰੰਗਜ਼ੇਬ ਜਿਹੜੀ ਗੱਲ ਕਹਿਣ ਲੱਗਿਆ ਤੂੰ ਇਹ ਨਹੀਂ ਹੋਣ ਦੇਣੀ ਇਹ ਹੋਣੀ ਨਹੀਂ ਗੱਲ ਉਲਟ ਹੋਵੇਗੀ ਅਤੇ ਇਹ ਗੱਲ ਦੇ ਉੱਪਰ ਉਲਟ ਹੋਵੇਗੀ ਸਾਡਾ ਸੀਸ ਜੇ ਘੜ ਤੋਂ ਲਹਿਰਾ ਕਰ ਦੇਗਿਆ ਪਿੱਛੇ ਸੀਸ ਦੇਣ ਵਾਲਿਆਂ ਦੀਆਂ ਲਾਈਨਾਂ ਲੱਗ ਜਾਣਗੀਆਂ ਤੇਰੀ ਕਿਰਪਾਨ ਕੁੰਡੀ ਹੋ ਜਾਏਗੀ ਕੁੰਡੀ ਪਰ ਸੀਸ ਦੇਣ ਵਾਲਿਆਂ ਦੀਆਂ ਲਾਈਨਾਂ ਨਹੀਂ ਖਤਮ ਹੋ ਗਈਆਂ ਹੁਣ ਤੱਕ ਨਹੀਂ ਹੁੰਦੀਆਂ ਆਹੀ ਸੀਸ ਗੰਜ ਪਿਆ ਸੀ ਨਾ ਪਹਿਲਾਂ ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਵੀ ਸੀਸ ਦਿੱਤਾ ਉਦੋਂ ਬਾਅਦ 'ਚ ਦੇਖੋ ਤੁਸੀਂ ਗੁਰੂ ਬੰਦਾ ਬਹਾਦਰ ਦੇ ਟਾਈਮ ਉਸ ਟਾਈਮ 1700 ਸਿੰਘ ਸ਼ਹੀਦ ਕੀਤਾ 1700 ਜਦੋਂ ਜੀ 14-15 ਸਾਲ ਦਾ ਲੜਕਾ ਫੜ ਲਿਆ ਉਹ ਪਕੜ ਲਿਆ ਉਹ ਕਾਬੂ ਕਰ ਲਿਆ ਉਹਨਾਂ ਨੇ ਸ਼ਹੀਦ ਕਰਨ ਵਾਸਤੇ ਪਰ ਉਹਦੀ ਮਾਂ ਕਹਿਣ ਲੱਗੀ ਆ ਕਿ ਇਹਦੇ ਤਾਂ ਦਾੜਾ ਨਹੀਂ ਹੈ ਇਹਦਾ ਸਿੱਖ ਨਹੀਂ ਹੈ ਤੁਸੀਂ ਇਹਨੂੰ ਛੱਡ ਦਿਓ ਬਾਦਸ਼ਾਹ ਕਹਿਣ ਲੱਗਿਆ ਕਹਿੰਦਾ ਠੀਕ ਹੈ ਵੀ ਕਹਿ ਦੇਵੇ ਆ ਕੇ ਵੀ ਮੈਂ ਸਿੱਖ ਨਹੀਂ ਉਹਨੂੰ ਬੁਲਾਇਆ ਗਿਆ ਕਹਿੰਦੇ ਕੌਣ ਆ ਤੂੰ ਉਹ ਕਹਿੰਦਾ ਮੈਂ ਸਿੰਘਾਂ ਗੁਰੂ ਕਰਨੀਆਂ
ਕਿਸੇ ਦੁਸ਼ਟ ਦੇ ਹੱਥ ਨਹੀਂ ਲੱਗਾ ਦੇਣਾ ਸਰੀਰ। ਭਾਈ ਜੇ ਤਾਂ ਅਸੀਸ ਲੈ ਕੇ ਆਇਆ, ਭਾਈ ਲੱਖੀ ਬਣ ਜਾ ਰਹੇ ਨੇ, ਆਪਣਾ ਕਿਉਂ ਕਰ ਸਾੜਿਆ ਕਿ ਗੁਰੂ ਮਹਾਰਾਜ ਦੇ ਸਰੀਰ ਦਾ ਸੰਸਕਾਰ ਕਰਨਾ ਸੀ। ਸੰਸਕਾਰ ਕੀਤਾ, ਸੋ ਸਤ ਸੰਗਤ ਜੀ ਪਤਾ ਸੀਗਾ ਵੀ ਇਹਨੇ ਬਿਆਦਵੀ ਕਰਨੀ ਆ ਸਰੀਰ ਲਈ। ਸੋ ਸਿੱਖਾਂ ਨੂੰ ਤਾਂ ਹੀ ਤਾਂ ਸਿੱਖਾਂ ਨੂੰ ਸਿੱਖ ਮੰਨਿਆ ਜਾਂਦਾ, ਤਾਂ ਹੀ ਉਹ ਸਿੱਖ ਕਿਹਾ ਜਾਂਦਾ ਸਾਨੂੰ। ਇਹਨਾਂ ਕਰਕੇ ਸਰਦਾਰੀਆਂ ਜਿਹੜੀਆਂ ਹੋਈਆਂ ਨੇ, ਗੁਰੂਆਂ ਨੇ ਜੇ ਕੁਰਬਾਨੀਆਂ ਕੀਤੀਆਂ ਨੇ, ਸਤ ਸੰਗਤ ਜੀ ਕੁਰਬਾਨੀਆਂ ਕੀਤੀਆਂ ਹੋਈਆਂ ਨੇ, ਤਾਂ ਆਪਾਂ ਨੂੰ ਸਰਦਾਰੀਆਂ ਮਿਲੀਆਂ ਨੇ। ਸਰਦਾਰੀ ਮਿਲੀ ਹੈ, ਕਿਰਪਾ ਹੋਈ ਹੈ ਮਹਾਰਾਜ ਦੀ। ਸੋ ਮਹਾਰਾਜ ਦਾ ਅੰਤ ਹੋਇਆ, ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸਰੀਰ ਦਾ ਐਵੇਂ ਸ਼ਹੀਦੀ। ਜਿਹੜੀ ਸ਼ਹਾਦਤ ਗੁਰੂ ਅਰਜਨ ਦੇਵ ਜੀ ਪਾ ਗਏ, ਕਹਿੰਦੇ ਨੇ ਮੈਂ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੀ ਧਰਤੀ ਤਵੀ 'ਤੇ ਬੈਠ ਕੇ ਕਿਤੇ ਵੀ ਨਹੀਂ ਐਵੇਂ ਹੋਈ, ਕਿਤੇ ਵੀ ਅੰਦਰ ਸ਼ਹਾਦਤ ਜਿਹੜੀ ਹੋਈ ਹੈ ਕਿਸਰ ਮੋਹਰ ਸੂਸਾ ਸੰਗਤ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸਿੱਖੀ ਆਪਣੀ ਸਿੱਖ ਕੌਮ ਵਾਸਤੇ, ਆਪਾਂ ਨੂੰ ਪਹੁੰਚਾਉਣ ਵਾਸਤੇ ਸ਼ਹੀਦੀ ਦਿੱਤੀ ਹੈ। ਸੋ ਧਰਮ ਨਹੀਂ ਛੱਡਿਆ, ਮਹਾਰਾਜ ਨੇ ਕਿਰਪਾ ਕੀਤੀ। ਸੋ ਹੁਣ ਸਿੱਖੀ ਵੱਧਦੀ ਤਾਂ ਜਾਂਦੀ ਹੈ ਬਹੁਤ ਜ਼ਿਆਦਾ, ਇੱਕ ਪਾਸੇ ਮੰਨਤਾ ਘੱਟਦੀ ਜਾਂਦੀ ਹੈ। ਸੋ ਚਲੋ ਕਿਰਪਾ ਕਰਨ ਮਹਾਰਾਜ ਸਾਰਿਆਂ ਅਤੇ ਸਾਰੀਆਂ ਸੰਗਤਾਂ 'ਤੇ ਆਪ ਜੀ ਦੇ ਚਰਨਾਂ ਨਾਲ ਜੋੜ ਕੇ ਰੱਖਣ। ਗੁਰਸਿੱਖੀ ਦੀ ਲਾਲ ਰੋਸ਼ਨ, ਨਾਮ ਜੀ ਦਾ ਰੋਸ਼ਨ, ਜਿੰਨੇ ਵੀ ਭਗਵਾਨ ਦੇ ਸੱਜਣਾ ਨੇ, ਸਰਦਾਰ ਹਰਦੇਵ ਸਿੰਘ ਜੀ ਦੀ ਅੰਤਮ ਅਰਦਾਸ ਕਰਨ ਵਾਸਤੇ ਗੁਰੂਆਂ ਦੇ ਚਰਨਾਂ ਵਿੱਚ ਪਹੁੰਚੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਬਹੁਤ ਸਾਰੇ ਲੀਡਰ ਸਾਹਿਬਾਨ ਆ ਕੇ ਮੁੜ ਗਏ ਨੇ, ਹਾਜ਼ਰੀਆਂ ਲਵਾ ਕੇ ਬਹੁਤ ਸਾਰੇ ਪਹੁੰਚੇ ਹੋਏ ਨੇ। ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਗੁਰੂਆਂ ਦੀ ਕਿਰਪਾ ਕਰਨ, ਚੜ੍ਹਦੀਆਂ ਕਲਾਂ ਦਰਖਤ ਸਿੱਖਾਂ ਸਿੱਖੀ ਨਾਲ ਜੀ ਦਾ ਰੋਸ਼ਨ। ਇਹ ਸਰਦਾਰ ਹਰਦੇਵ ਸਿੰਘ ਜੀ ਗੁਰਦੁਆਰਾ ਸਾਹਿਬ ਰੋਜ਼ਾਨਾ ਆਇਆ ਕਰਦੇ ਸੀ, ਕਈ ਕਈ ਘੰਟੇ ਪ੍ਰਧਾਨ ਜੀ ਨਾਲ ਇੱਥੇ ਸਿੱਖਾਂ ਨਾਲ ਵਿਚਾਰਾਂ ਗੱਲਾਂ ਕਰੀ ਜਾਂਦੇ ਹੁੰਦੇ ਸੀ। ਸੋ ਬਹੁਤ ਸਾਰੇ ਗੁਰ ਸਿੱਖੀ ਬਾਣੀ ਬਾਰੇ ਵੀ ਬਹੁਤ ਜਾਣਦੇ ਸੀ, ਕਾਫੀ ਜਾਣਦੇ ਸੀ ਬਾਣੀ ਬਾਰੇ, ਇਹਨਾਂ ਨੂੰ ਕਾਫੀ ਗਿਆਨ ਸੀ ਇਸ ਗੱਲਾਂ ਦਾ। ਸੋ ਬਹੁਤ ਇਤਿਹਾਸ ਬਾਰੇ ਕਾਫੀ ਕੁਛ ਜਾਣਦੇ ਸੀ। ਸੋ ਸਤਸੰਗ ਜੀ ਇਸ ਸੰਸਾਰ ਤੋਂ ਜਾਣਾ ਸਮਝੀ ਹੈ, ਰਹਿਣਾ ਕਿਸੇ ਨੇ ਰਾਣਾ ਰੋਣਾ ਕੋਲ ਹੈ, ਰੰਗ ਨੂੰ ਫਕੀਰ ਬਾਰੀ ਆਪਣੀ ਕੋਲ ਦਿੱਤੀ, ਕਿਸੇ ਨੇ ਨਹੀਂ ਰਹਿਣਾ ਸਰੀਰ ਕਰਕੇ, ਜੋ ਪੰਜਾਬ ਸੋ ਬਿਲ ਸਾਹਿਬ ਪਰ ਉਹ ਆਜ ਕੇ ਕਾਰਨ, ਜਿਸਨੇ ਜਿਸਨੂੰ ਜਨਮ ਮਿਲਿਆ ਸਰੀਰ ਧਾਰ ਕੇ ਆਇਆ ਜਿਹੜਾ ਉਹ ਇੱਕ ਦਿਨ ਜਿਸਨਾ ਵੀ ਹੈ। ਸੋ ਇਸ ਸੰਸਾਰ ਤੋਂ ਸਭ ਨੇ ਜਾਣਾ ਹੈ, ਗੁਰੂ ਵਾਲੇ ਬਣਾ, ਗੁਰੂ ਵਾਲੇ ਬਣ ਕੇ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਇਸ ਭਾਵੇਂ ਉਦੋਂ ਕਦੇ ਪਾਰ ਹੋ ਸਕਦੇ ਹਾਂ। ਗੁਰਬਾਣੀ ਪੜ੍ਹੋ, ਸੁਣੋ, ਸੰਗਤ ਕਰੋ, ਸਤਿਗੁਰਾਂ ਦੀ ਸੰਗਤ ਕਰੋ, ਕਿਉਂਕਿ ਅੱਗੇ ਸੁਣਾਉਣ ਹੀ ਧਿਆਨ ਕਰ ਦਿੱਤਾ, ਕਿੰਨੀ ਬਾਣੀ ਪੜ੍ਹੋਗੇ ਸੁਣੋਗੇ ਬਚੇ ਰਹੋਗੇ, ਨਹੀਂ ਉਹਨਾਂ ਜਾਲਾਂ ਦੇ ਵਿੱਚ ਮਰ ਜਾਓਗੇ। ਕੀ ਪਤਾ ਹੈ ਕਿਹੜੀ ਚੌਕੜ ਵਿੱਚ, ਉਹ ਚੌਕੜਾਂ ਤੋਂ ਬਚਣ ਵਾਸਤੇ ਗੁਰਮਹਾਰਾਜ ਦੇ ਚਰਨਾਂ ਨਾਲ ਮਿਲੇ ਰਹੋ, ਅਤੇ ਉਹ ਕੁਛ ਨਹੀਂ ਹੋਵੇਗਾ, ਕਿਰਪਾ ਮਹਾਰਾਜ ਦੀ ਰਹੇਗੀ। ਅਤੇ ਸਰੀਰ ਵੀ ਛੱਡ ਜਾਵਾਂਗੇ, ਕਿਤੇ ਸ਼ਹੀਦ ਵੀ ਹੋ ਜਾਵਾਂਗੇ, ਤਾਂ ਕਿਰਪਾ ਧਰਮ ਹੈਗੀ ਨਾ, ਅੱਗੇ ਜਨਮ ਦਾ ਚੰਗਾ ਮਿਲੇਗਾ। ਸੋ ਇਸ ਤਰ੍ਹਾਂ ਸਤਸੰਗ ਸਤਸੰਗ ਜੀ ਆਓ ਪਹਿਲਾਂ ਸਭ ਦੇ ਵਿੱਚ ਜਿਹੜੀ ਹੈ, ਫਿਰ ਅਰਦਾਸ ਹੋਵੇਗੀ, ਫਿਰ ਗੁਰੂ ਮਹਾਰਾਜ ਦੇ ਚਰਨਾਂ ਦੇ ਉੱਤੇ ਅਰਦਾਸ ਕਰਕੇ ਗੁਰੂ ਮਹਾਰਾਜ ਦਾ ਰੋਕਣਾ ਵਾ, ਫਿਰ ਗੁਰੂ ਮਹਾਰਾਜ ਦਾ ਸਿੰਘ ਪ੍ਰਸ਼ਾਦ ਵਰਤੇਗਾ, ਫਿਰ ਗੁਰੂ ਪਰਿਵਾਰ ਨੇ ਗੁਰੂ ਘਰ ਲੰਗਰ ਤਿਆਰ ਕੀਤਾ ਹੋਇਆ, ਇਹਨਾਂ ਸੰਗਤਾਂ ਨੇ ਨਹੀਂ ਛੱਕਿਆ, ਸਾਰੀਆਂ ਸੰਗਤਾਂ ਛੱਕ ਕੇ ਜਾਣ ਕਰਦਾ ਗਾ ਆਪਣਾ ਸਤਿਗੁਰੂ ਰਾਮ ਕਲੀ ਮਹਾਲਾ ਦੀ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ Thank you.
ਸਾਨੂੰ ਭਾਈ ਆਪ ਜੀ ਦੇ ਪਾਣੀ ਇਕੱਠਾ ਕਰਕੇ ਬੰਨਿਆ ਕਿੰਨਾ ਪਿਆ।
ਪਰਮਸ ਤੇ ਪਛਤਿਓ ਤੁਮ ਫਕੀਰ ਵਾਰੀਆ ਕੋ ਪਨੀ ਕੋ ਨਰੰਦਰ ਤੇ ਤੇਮਨ ਵਰਨ ਸਾਸ ਤੇ ਪਛਤਿਓ ਆਪ ਜੀ ਦੇ ਨਾਲ ਕਰਦੇ ਸੇ ਤੁਮ ਸਰਦਾਰ ਕਰਦੇ ਸੇ ਕ੍ਰਿਸਤ ਨੂੰ ਕਿਤਨੇ ਸਵਾਸਾਂ ਦੀ ਪੂਜੀ ਵਸੀ ਸੀ ਸੰਸਾਰ ਦੀ ਯਾਤਰਾ ਕਰਦੇ ਹੋਏ ਸਵਾਸਾਂ ਦੀ ਪੂਜੀ ਪੂਜੀ ਕਰਦੇ ਹੋਏ ਪਾਤ ਨਾ ਅਗਿਆ ਚੇ ਪ੍ਰਵਾਦ ਨੇ ਅੰਗੇ ਆਪ ਜੀ ਦੇ ਚਰਨਾਂ ਦਾ ਨਾਮ ਪਾਸਾ ਕਰਦੇ ਹੋਏ ਕਰਦੇ ਕੀ ਬੋਲ ਤੋਂ ਸਹਿ ਪਾਠ ਪ੍ਰਾਪਤ ਕਰੇ ਸਤਿਨਾਮ ਦੇ ਨਾਮ ਤੋਂ ਰੇ ਆਪ ਦੀ ਕਿਰਪਾ ਦੁਆਰਾ ਜਿਨ ਕਰ ਸਕ ਹੋ ਪਾਇ ਗਿਆ ਨਾਮ ਤੋਂ ਪ੍ਰਾਪਤ ਆਪ ਜੀ ਦੇ ਚਰਨਾਂ ਦਾ ਸਤਿ ਪਾਸਾ ਜੀ ਸਭ ਕੀ ਤਰੀਕੀ ਤੇ ਗਿਆ ਪ੍ਰਵਾਨ ਦੁਆਰਾ ਜਿਆਦਾ ਕੀਤੀ ਗਈਆਂ ਹਨ ਮਾਨ ਕਰਦੇ ਕੋ ਸਿਮਰ ਕਰਦੇ ਕੋ ਕੀਰਤਨ ਕਰਦੇ ਕੋ ਉਚਾਰ ਕਰਦੇ ਕੋ ਇਹ ਦੁਨੀਆ ਦੇ ਇੱਕ ਤਰ੍ਹਾਂ ਦੀ ਗਲਤੀਆਂ ਭੁਗਤਾਂ ਹੋ ਜਾਂਦੀਆਂ ਤਾਂ ਆਪ ਉਹ ਸ਼ਬਦ ਕਰੋ ਉਸ ਤਰ੍ਹਾਂ ਕੇ ਵਾਸਤੇ ਸੁਖ ਤੇ ਸਵਰ ਸੇਵਾ ਕਰਨ ਦਾ ਮਾਨ ਕਰਨ ਦਾ ਕੀਰਤਨ ਕਰਨ ਦਾ ਵਿਚਾਰ ਕਰਨ ਦਾ ਜਾਸੂਮਾ ਕੋ ਕਿਸ ਰਾਇ ਮਾਨ ਕੂਸਰ ਜਨ ਭਰ
अज के युग के काम भी सोच लैके दुकानदारी भी कर रहे हैं
ਇਸ ਪਰਿਵਾਰ ਨੇ ਆਪਣੀ ਖੁਸ਼ਬੂ ਬਾਹਰਲੇ ਦੇਸ਼ਾਂ ਤੱਕ ਪਹੁੰਚਾਈ। ਸੋ ਅੱਜ ਆਪਾਂ ਉਹਨਾਂ ਨੂੰ ਸ਼ਰਧਾ ਭੇਟ ਕਰਨਾ ਆ, ਸੱਚੀ ਸ਼ਰਧਾਂਜਲੀ ਮੈਂ ਕਹਾਂਗਾ। ਅੱਜ ਦੇ ਸਮੇਂ ਦੇ ਵਿੱਚ ਜਦੋਂ ਆਪਾਂ ਰੋਜ਼ ਅਖਬਾਰ ਚੱਕਦੇ ਹਾਂ ਤਾਂ ਦੇਖਦੇ ਹਾਂ ਵੀ ਰੋਜ਼ ਕਿੰਨੀਆਂ ਹੀ ਦਰਦਨਾਕ ਮੌਤਾਂ ਹੋ ਰਹੀਆਂ ਨੇ। ਸਾਡੇ ਸਨੇਹੀ ਪਰਿਵਾਰਾਂ ਦੇ ਮੈਂਬਰ ਦੁਰਘਟਨਾਵਾਂ ਦੇ ਵਿੱਚ ਚਲੇ ਜਾਂਦੇ ਨੇ। ਇੱਥੇ ਸੋਚਣ ਦੀ ਜ਼ਰੂਰਤ ਜ਼ਰੂਰ ਹੈ ਵੀ ਇਹ ਕਾਰਨ ਕੀ ਨੇ। ਇਹਦੇ 'ਤੇ ਸੋਚ ਵਿਚਾਰ ਕਰਕੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਜੇ ਆਪਾਂ ਇੱਥੇ ਬੋਲ ਕੇ ਚਲੇ ਜਾਂਦੇ ਹਾਂ, ਇਹ ਮੈਂ ਕਹਾਂਗਾ ਨਹੀਂ, ਸ਼ਰਧਾ ਦੇ ਉੱਪਰ ਭੇਟ ਕਰਨਾ ਹੋਊਗਾ। ਤਾਂ ਸੱਚੀ ਸ਼ਰਧਾਂਜਲੀ ਹੈ ਜੇ ਆਪਾਂ ਉਹਨਾਂ ਕਾਰਨਾਂ ਨੂੰ ਲੱਭ ਕੇ ਉਹਨਾਂ 'ਤੇ ਅਮਲ ਕਰੀਏ, ਤਾਂ ਕਿ ਅਸੀਂ ਅਤੇ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਸਕੇ ਮਹਿਫੂਜ਼ ਰਹਿ ਸਕਣ। ਇਹਦੇ ਲਈ ਸਾਨੂੰ ਬਾਹਰਲੇ ਦੇਸ਼ਾਂ ਤੋਂ ਸਿੱਖਣ ਦੀ ਲੋੜ ਹੈ। ਅਸੀਂ ਜਾਏ ਹੋਣ ਦੇ ਵੀਰੋਂ ਤੋਂ ਆਏ ਨੇ, ਬਹੁਤ ਸਾਰੇ ਸੱਜੇ ਜਾਂਦੇ ਨੇ, ਮੈਨੂੰ ਵੀ ਮੌਕਾ ਮਿਲਿਆ। ਉੱਥੇ ਲੋਕ ਕਾਹਲ ਨਹੀਂ ਕਰਦੇ ਆਪਣੀ ਤਰ੍ਹਾਂ, ਅਸੀਂ ਕੀ ਕਰਦੇ ਹਾਂ, ਗੱਡੀਆਂ ਬੜੇ ਭਜਾਉਂਦੇ ਹਾਂ। ਜੇ ਸਾਨੂੰ ਲੱਗਦਾ ਸਾਹਮਣੇ ਕੋਈ ਮੁੜਨ ਲੱਗਿਆ ਤਾਂ ਅਸੀਂ ਹੋਰ ਐਕਸੀਲੇਟਰ ਹੋਰ ਇਸ 'ਤੇ ਪੈਰ ਲੱਗ ਜਾਂਦੇ ਵੀ ਮੈਂ ਪਹਿਲਾਂ ਲੰਘ ਜਾ, ਕਿਤੇ ਇਹ ਨਾ ਜੇ ਮੇਰੀ ਬ੍ਰੇਕ ਨਾ ਲਾਉਣੀ ਪੈ ਜੇ। ਕਿਤੇ ਤੁਸੀਂ ਇਹ ਵਰਤ ਕੇ ਦੇਖਿਓ ਫਾਰਮੂਲਾ, ਜਦੋਂ ਵੀ ਤੁਹਾਨੂੰ ਲੱਗਦਾ ਲੰਘਣ ਲੱਗਿਆ ਤੁਸੀਂ ਗੱਡੀ ਹੌਲੀ ਕਰ ਲਓ, ਪਹਿਲੀ ਪੈਰ ਚੁੱਕੋ ਰੇਸ ਤੋਂ, ਉਹ ਵੀ ਲੰਘ ਜਾਏਗਾ, ਤੁਸੀਂ ਵੀ ਲੰਘ ਜਾਓਗੇ। ਬਹੁਤ ਵਾਰੀ ਮੈਂ ਆਪ ਤਜਰਬਾ ਕਰਕੇ ਦੇਖਿਆ, ਬਾਜ਼ਾਰ 'ਚ ਜਾਂਦੇ ਹਾਂ ਸਾਹਮਣੇ ਗੱਡੀ ਆ ਰਹੀ ਅਤੇ ਸਾਨੂੰ ਪਤਾ ਹੁੰਦਾ ਵੀ ਜਗ੍ਹਾ ਹੈ ਨਹੀਂ, ਅਸੀਂ ਫਿਰ ਵੀ ਵਿੱਚ ਫਸਾ ਦਿੰਦੇ ਹਾਂ, ਜਾ ਕੇ ਉੱਥੇ ਜਾਮ ਲੱਗ ਜਾਂਦਾ। ਜੇ ਅਸੀਂ ਪਹਿਲੀ ਜਗ੍ਹਾ ਦੇਖ ਕੇ ਰੁਕ ਲਈ, ਉਹ ਵੀ ਲੰਘ ਜਾਂਦੀ ਹੈ ਗੱਡੀ, 'ਤੇ ਅਸੀਂ ਵੀ ਲੰਘ ਜਾਂਦੇ ਹਾਂ। ਸੋ ਇਹ ਛੋਟੀਆਂ ਛੋਟੀਆਂ ਗੱਲਾਂ 'ਤੇ ਧਿਆਨ ਦੇਣਾ, ਕਿਉਂਕਿ ਸਾਡਾ ਢਾਂਚਾ ਉਵੇਂ ਦਾ ਨਹੀਂ ਹੈ, ਉਵੇਂ ਦਾ ਵਿਕਸਿਤ ਨਹੀਂ ਹੋ ਸਕਿਆ। ਭ੍ਰਿਸ਼ਟਾਚਾਰ ਨੇ ਦੇਸ਼ ਨੂੰ ਆਪਣੀ ਜਕੜ ਦੇ ਵਿੱਚ ਲੈ ਲਿਆ, ਇਸ ਕਰਕੇ ਉਸ ਮਿਆਰ ਦੀਆਂ ਸੜਕਾਂ ਵੀ ਨਹੀਂ ਸਾਡੀਆਂ ਹਜੇ ਬਣ ਸਕੀਆਂ। ਪਰ ਆਪਾਂ ਜਿਹੜੀ ਪੂਰੀ ਜ਼ਿੰਮੇਵਾਰੀ ਸਰਕਾਰਾਂ 'ਤੇ ਵੀ ਨਾ ਸੁੱਟੀਏ, ਜਿਵੇਂ ਦਾ ਸਿਸਟਮ ਹੈ ਉਹਦੇ ਵਿੱਚ ਹੀ ਅਸੀਂ ਆਪਣੇ ਆਪ ਨੂੰ, ਆਪਣੇ ਬੱਚਿਆਂ ਲਈ, ਆਪਣੇ ਪਰਿਵਾਰ ਲਈ ਵੀ ਚਾਹੀਏ, ਸਾਰੇ ਆਪਣੀ ਜ਼ਿੰਮੇਵਾਰੀ ਸਮਝੀਏ ਕਿ ਅਸੀਂ ਸਹੀ ਚੱਲਣਾ। ਜ਼ਰੂਰੀ ਨਹੀਂ ਹਰ ਜਗ੍ਹਾ ਜਿੱਥੇ ਪੁਲਿਸ ਹੋਵੇ ਵੀ ਚਲਾਨ ਨਾ ਹੋ ਜਾਵੇ ਉੱਥੇ ਅਸੀਂ ਠੀਕ ਹੋਈਏ। ਅਸੀਂ ਆਪਣੀ ਜ਼ਿੰਮੇਵਾਰੀ ਹਰ ਜਗ੍ਹਾ ਸਮਝੀਏ ਵੀ ਮੈਂ ਸਪੀਡ ਇਸ ਤੋਂ ਜ਼ਿਆਦਾ ਨਹੀਂ ਵਧਾਉਣੀ, ਕਿਉਂਕਿ ਅੱਗੇ ਜਾ ਕੇ ਵੀ ਗੱਲਾਂ ਹੀ ਕਰਨੀਆਂ ਹੁੰਦੀਆਂ ਨੇ। ਸੋ ਇਹੀ ਅੱਜ ਆਪਾਂ ਪਾਲਣ ਕਰਕੇ ਜਾਈਏ, ਇਹੀ ਬਾਪੂ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਹੋਊਗੀ। ਸੋ ਮੈਂ ਪਰਿਵਾਰ ਵੱਲੋਂ ਹੁਕਮ ਹੋਇਆ, ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਆਮ ਆਦਮੀ ਪਾਰਟੀ ਵੱਲੋਂ ਜਿੱਥੇ ਗੁਰੂ ਸਾਹਿਬ ਨੂੰ ਬੇਨਤੀ ਕਰਦਾ, ਸ਼ਰਧਾ ਦੇ ਪੁਰ ਭੇਟ ਕਰਦਾ ਕਿ ਪਰਿਵਾਰ ਦੇ ਮੇਰ ਪਿਆਰ ਹੱਥ ਰੱਖਣ ਅਤੇ ਉਸ ਪਿਛੜੀ ਆਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਉੱਥੇ ਮੈਂ ਸਮੁੱਚੀ ਇਹ ਸਾਧ ਸੰਗਤ ਦਾ, ਰਿਸ਼ਤੇਦਾਰ ਮਿੱਤਰਾਂ ਦੇ ਰੂਪ ਦੇ ਵਿੱਚ ਵੱਖ ਵੱਖ ਪਾਰਟੀਆਂ ਤੋਂ ਆਏ ਲੀਡਰ ਸਾਹਿਬਾਂ, ਪੰਚ ਸਰਪੰਚ ਗੁਰਦਾਰ ਸਾਹਿਬਾਂ ਸਾਰਿਆਂ ਦਾ, ਉੱਥੇ ਪੱਤਰਕਾਰ ਵੀਰਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਦਾ, ਕਿਉਂਕਿ ਦੁੱਖ ਵੰਡਾਇਆ ਘਟਦਾ ਹੈ, ਖੁਸ਼ੀ ਵੰਡਾਇਆ ਵੱਧਦੀ ਹੈ। ਸੋ ਆਪਾਂ ਸਾਰਿਆਂ ਨੇ ਭਗਵਾਨ ਨੂੰ ਸਾਂਝਾ ਕੀਤਾ, ਮੈਂ ਤੁਹਾਡਾ ਸਾਰਿਆਂ ਦਾ ਇੱਥੇ ਆਉਣ 'ਤੇ ਧੰਨਵਾਦ ਕਰਦਾ। ਉੱਥੇ ਪਰਿਵਾਰ ਵੱਲੋਂ ਹੁਕਮ ਹੈ ਕਿ ਗੁਰੂ ਦਾ ਲੰਗਰ ਤਿਆਰ ਹੈ, ਪਹਿਲਾਂ ਦੇਖ ਵਰਤੇਗੀ, ਉਸ ਤੋਂ ਪਿੱਛੋਂ ਜਿਹਨਾਂ ਜਿਹਨਾਂ ਸੱਜਣਾਂ ਨੇ, ਭੈਣਾਂ ਨੇ, ਵੀਰਾਂ ਨੇ ਲੰਗਰ ਨਹੀਂ ਛਕਿਆ ਉਹ ਲੰਗਰ ਛਕਣ, ਜਿਹਨਾਂ ਨੇ ਛੱਕ ਲਿਆ ਉਹ ਚਾਹ ਪੀ ਕੇ ਜ਼ਰੂਰ ਜਾਣ। ਸਾਰਿਆਂ ਦੇ ਆਉਣ 'ਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।